ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ। ਦੋਸਤੋ, ਪਿਛਲੇ ਦਿਨੀ ਮੈਂ ਬਹੁਤ ਨਿਮਰਤਾ ਨਾਲ ਅਪੀਲ ਕੀਤੀ ਸੀ ਪੰਜਾਬੀਆਂ ਨੂੰ ਕਿ ਮੂੰਗੀ ਬੀਜੀਏ ਅਤੇ ਅਸੀਂ 7275 ਰੁਪਏ ਉਹਦਾ MSP ਦੇਵਾਂਗੇ। ਮੇਰੇ ਕਹੇ 'ਤੇ ਲਗਭਗ 1.25 ਲੱਖ ਏਕੜ ਮੂੰਗੀ ਬੀਜੀ ਗਈ, ਪਰ ਪਿਛਲੇ ਕੁਝ ਦਿਨਾਂ ਤੋਂ ਮੂੰਗੀ ਦੀ ਜਿਹੜੀ ਕੁਆਲਿਟੀ ਹੈ ਉਹਦੇ 'ਤੇ ਕੁਝ ਸਵਾਲ ਉੱਠੇ ਨੇ। 15% ਮੂੰਗੀ ਹਜੇ ਤੱਕ ਮਾਰਕ ਫੈੱਡ ਨੇ ਖਰੀਦੀ ਹੈ ਅਤੇ ਜੋ ਸੈਂਟਰ ਸਰਕਾਰ ਨੇ ਖਰੀਦਣੀ ਸੀ ਨਾਫਾਰਡ ਨੇ, ਉਹਨਾਂ ਨੇ ਕਿਹਾ ਜੀ ਕੁਆਲਿਟੀ ਠੀਕ ਨਹੀਂ ਹੈਗੀ। ਸੋ ਅਸੀਂ ਅੱਜ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਹੇ ਹਾਂ, ਮਾਰਕ ਫੈੱਡ ਜਿਹੜੇ ਆ ਉਹ ਰਿਲੈਕਸੇਸ਼ਨ ਦੇ ਰਹੀ ਹੈ ਕੁਆਲਿਟੀ ਦੇ ਵਿੱਚ। ਜੇ ਕਿਸੇ ਦੀ ਮੂੰਗੀ ਫਰਜ਼ ਕਰੋ 7000 ਰੁਪਏ ਕੁਇੰਟਲ ਵਿਕੀ ਹੈ ਤਾਂ ਪੰਜਾਬ ਗੌਰਮੈਂਟ 275 ਰੁਪਈਏ ਉਹਨੂੰ ਭੱਤਾ ਦੇਊਗੀ, ਇਨਸੈਂਟਿਵ ਦੇਊਗੀ, ਯਾਨੀ ਕਿ MSP ਦੇ ਨਾਲ ਬਰਾਬਰ ਕਰ ਦਾਂਗੇ। 7000 'ਚ ਵਿਕੀ, 275 ਹੋ ਗਏ, 7275 ਹੋ ਗਏ। ਜੇ ਕਿਸੇ ਦੀ ਮੂੰਗੀ 6500 ਨੂੰ ਵਿਕੀ ਹੈ ਤਾਂ ਉਹਨੂੰ ਅਸੀਂ ਫਿਰ 7275 ਕਰਨ ਲਈ, ਜਿਹੜਾ ਫਰਕ ਹੈ 775 ਦਾ, ਉਹ ਦੇਵਾਂਗੇ ਜੀ, ਪਰ ਮੂੰਗੀ ਚੱਕੀ ਜਾਊਗੀ। ਜੇ ਕਿਸੇ ਦੀ ਮੂੰਗੀ ਖਰਾਬ ਤੋਂ ਖਰਾਬ ਕੁਆਲਿਟੀ 6000 ਦੀ ਵੀ ਵਿਕੀ ਹੈ, ਚਾਹੇ ਉਹ ਇਹਦੂ ਪਹਿਲਾਂ ਵਿਕ ਚੁੱਕੀ ਹੈ, ਸਾਡੇ ਕੋਲ ਡਾਟਾ ਸਾਰਾ, ਤਾਂ ਉਹਨੂੰ ਅਸੀਂ 1000 ਰੁਪਈਆ, ਯਾਨੀ ਉਹਨੂੰ 7000 ਤੱਕ ਅਸੀਂ ਪਰ ਕੁਇੰਟਲ ਪੈਸੇ ਦੇਵਾਂਗੇ। ਕਿਉਂਕਿ ਮੂੰਗੀ ਮੈਂ ਆਪਣੇ ਕਹੇ 'ਤੇ, ਆਪਣੀ ਬੇਨਤੀ 'ਤੇ ਭਿਜਵਾਈ ਸੀ, ਇਸ ਕਰਕੇ ਮੇਰੀ ਡਿਊਟੀ ਬਣਦੀ ਹੈ, ਮੇਰਾ ਫਰਜ਼ ਬਣਦਾ ਕਿ ਮੈਂ ਘਾਟਾ ਨਾ ਪੈਣ ਦੇਵਾਂ। ਸੋ ਇਹਦੇ ਵਾਸਤੇ ਵਿੱਤ ਵਿਭਾਗ ਨੂੰ ਲਿਖ ਦਿੱਤਾ ਗਿਆ, ਜਿੰਨੀ ਵੀ ਮੂੰਗੀ ਜੇ ਤੁਸੀਂ ਵੇਚ ਵੀ ਆਏ ਹੋ ਘੱਟ ਭਾਅ 'ਤੇ ਤਾਂ ਤੁਹਾਨੂੰ ਬਰਾਬਰ ਕਰਨ ਲਈ MSP ਦੇ ਅਸੀਂ ਉਹਦਾ ਜਿਹੜਾ ਫਰਕ ਹੈ, ਡਿਫਰੈਂਸ ਹੈ, ਉਹ ਤੁਹਾਨੂੰ ਪੇ ਕਰਾਂਗੇ, ਉਹ ਤੁਹਾਨੂੰ ਜਾਰੀ ਕਰਾਂਗੇ। ਸੋ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਅਤੇ ਹੋਰ ਜਿੰਨੀਆਂ ਵੀ ਆਉਣ ਵਾਲੀਆਂ ਸਕੀਮਾਂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਸਮੇਂ ਸਮੇਂ 'ਤੇ ਇਨਫੋਰਮ ਕਰਦਾ ਰਹੂੰਗਾ। ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।